بسم الله الرحمن الرحيم. ਨੁਕਸਾਨ ਪਹੁੰਚਾਇਆ ਸਾਡੇ ਉਹ ਵੀ ਕੁਝ ਨਹੀਂ ਲੱਗਦੇ ਤੇ ਜਿਹੜੇ ਬਿੱਲਾਂ ਨੂੰ ਅੱਗ ਲਾ ਕੇ ਜਿਨ੍ਹਾਂ ਨੇ ਵਾਅਦੇ ਕੀਤੇ ਸਨ ਬਿਜਲੀ ਸਸਤੀ ਕਰਾਂਗੇ ਜਿਨ੍ਹਾਂ ਨੇ ਜ਼ਿੰਦਗੀ ਅਜੀਬ ਕਰ ਦਿੱਤੀ ਕਿਬਲਾ ਉਹਨਾਂ ਹੁਕਮਰਾਨਾਂ ਦੇ ਵੀ ਅਸੀਂ ਪਿੱਛੋਂ ਬਣਨ ਤੋਂ ਤਿਆਰ ਨਹੀਂ ਸਾਡਾ ਨਾਰਾ ਹੋਏਗਾ ਕਿ ਤਾਜਦਾਰ ਖਤਮੇ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ ਦਾ ਨਾਰਾ ਹੋਵੇਗਾ ਆਓ ਰਲ ਕੇ ਜ਼ਿੰਦਾਬਾਦ ਜ਼ਿੰਦਾਬਾਦ ਰੰਗ ਭਰ ਦਿੱਤਾ ਹੈ ਮੇਰੇ ਪੁੱਤਰ ਨੇ ਅੱਲਾ ਆਬਾਦ ਰੱਖੇ ਤੁਹਾਨੂੰ ਕਿਬਲਾ ਮੈਂ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਗਰੀਬਾਂ ਤੇ ਜ਼ੁਲਮ ਕੀਤੇ ਭਾਵੇਂ ਕੋਈ ਹੋਵੇ ਕਿਬਲਾ ਭਾਵੇਂ ਉਹ ਖਾਨ ਸਾਹਿਬ ਹੋਣ ਭਾਵੇਂ ਉਹ ਮੀਆਂ ਸਾਹਿਬ ਹੋਣ ਸਾਡੀ ਕੋਈ ਪਾਰਟੀ ਨਹੀਂ ਲੇਕਿਨ ਜਿਹੜਾ ਗਰੀਬ ਦਾ ਜੀਣਾ ਕੋਫਰ ਕਰੇ ਅਸੀਂ ਝੋਲੀ ਅੱਡ ਕੇ ਉਹਦੇ ਵਾਸਤੇ ਪਸਤੋਆ ਕਰਨੇ ਆ ਉਹ ਭਾਵੇਂ ਗਲੀ ਚ ਨਾਲੀਆਂ ਸਾਫ਼ ਕਰਨਾ ਲਾਵੇ ਜਿਹਨੂੰ ਗਰੀਬ ਦਾ ਦਰਦ ਸੀਨੇ ਚ ਮਹਿਸੂਸ ਹੁੰਦਾ ਹੈ ਅਸੀਂ ਉਹਨੂੰ ਮੱਥੇ ਤੇ ਹੱਥ ਰੱਖ ਕੇ ਸਲੂਟ ਮਾਰਾਂਗੇ ਕਿਬਲਾ ਇੱਕ ਵਾਰੀ ਮਿਲ ਕੇ ਕਬੂਲ ਕੀਤੇ ਨਫਰਤ ਦੀ ਇਹ ਕਿਬਲੀ ਆਈ ਤੇ ਨਫਰਤ ਦੀ ਇਹ ਕਿਬਲੀ ਆਈ ਤੂੰ ਸਾਲਮਾਂ ਦੀ ਅੱਖ ਚ ਮੁਹਾਰਾ ਤੂੰ ਮਾੜਿਆਂ ਦੀਆਂ ਲੈ ਲੈ ਸਾਰਾ ਤੂੰ ਸਾਲਮਾਂ ਦੀ ਅੱਖ ਚ ਮੁਹਾਰਾ ਤੂੰ ਮਾੜਿਆਂ ਦੀਆਂ ਲੈ ਲੈ ਸਾਰਾ ਜ਼ਹੀਰ ਅਹਿਮਦ ਕੀ ਸੁਣ ਦੁਹਾਈ ਤੇ ਤੈਨੂੰ ਫਬਦੀ ਇਹ ਕਿਬਲੀ ਆਈ ਐਸੀ ਸਾਡਾ ਅਕੀਦਾ ਹੈ ਤੋਹੀਦ ਮੈਂ ਬਿੱਤਰਤੀ ਪੇਸ਼ ਕਰ ਰਿਹਾ ਸਾਡਾ ਅਕੀਦਾ ਹੈ ਰਿਸਾਲਤ ਦੀ ਅਸੀਂ ਸਰਕਾਰੇ ਕਾਇਨਾਤ ਅਲੈਹਿ ਸਲਾਤੁ ਵਸਲਾਮ ਨੂੰ ਅੱਲਾ ਦਾ ਬੰਦਾ ਮੰਨਦੇ ਪਰ ਆਪਣੇ ਵਰਗਾ ਬੰਦਾ ਨਹੀਂ ਮੰਨਦੇ ਅਸੀਂ ਆਪਣੇ ਵਰਗਾ ਬੰਦਾ ਨਹੀਂ ਮੰਨਦੇ ਅਸੀਂ ਸਰਕਾਰ ਨੂੰ ਉਹ ਕੋਈ ਸਿਆਸੀ ਨਾਰਾ ਨਹੀਂ ਹੈ ਕਿਸੇ ਇੱਕ ਪਾਰਟੀ ਦਾ ਨਾਰਾ ਨਹੀਂ ਜਿਹਦੇ ਸੀਨੇ ਚ ਦਿਲ ਧੜਕਦਾ ਹੈ ਔਰ ਜਿਹਦੇ ਸੀਨੇ ਚ ਹੁਸੈਨ ਤੇ ਕਰੀਮ ਨਾਨਾ ਜਾਨ ਦੀ ਮੁਹੱਬਤ ਹੈ ਉਹ ਮਦੀਨੇ ਵੱਲ ਮੂੰਹ ਕਰਕੇ ਲਮਹਾ ਲਮਹਾ ਕਹਿੰਦਾ ਲੱਭਾਈ 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 ਯਾ ਰਸੂਲ ਅੱਲਾ ਜਦੋਂ ਬੇਟੀ ਨੂੰ ਜਾਇਦਾਦ ਦੇਣ ਦੀ ਵਾਰੀ ਆਵੇ ਉਹ ਮਦੀਨੇ ਵੱਲ ਮੂੰਹ ਕਰਕੇ ਕਹਿੰਦਾ ਸੋਹਣਿਆ ਤੇਰੇ ਤੇ ਕੁਰਾਨ ਆਇਆ ਕੁਰਾਨ ਨੇ ਕਹਿ ਦਿੱਤਾ ਬੇਟੀ ਨੂੰ ਹਿੱਸਾ ਦੇਣਾ ਹੈ ਲੱਭੈਕ 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 ਯਾ ਰਸੂਲ ਅੱਲਾ ਜਦੋਂ ਭੈਣ ਨੂੰ ਜਾਇਦਾਦ ਵਿੱਚੋਂ ਹਿੱਸਾ ਦੇਣ ਦੀ ਵਾਰੀ ਆਵੇ ਮੁਸਲਮਾਨ ਬੰਦਾ ਨਜ਼ਰਾਂ ਚੁਰਾਉਂਦਾ ਨਹੀਂ ਮਦੀਨੇ ਵੱਲ ਮੂੰਹ ਕਰਕੇ ਕਹਿੰਦਾ ਲਜਪਾਲਾ ਤੇਰੇ ਕੁਰਾਨ ਨੇ ਦੱਸਿਆ ਹੈ ਨਾ ਤੇਰੇ ਤੇ ਨਾਜ਼ਿਲ ਹੋਣ ਵਾਲੇ ਕੁਰਾਨ ਵਿੱਚ ਅੱਲਾ ਨੇ ਹੁਕਮ ਦਿੱਤਾ ਲਜਪਾਲਾ ਮੈਂ ਜਾਇਦਾਦ ਨਹੀਂ ਦੇਖਣੀ ਸੋਹਣਿਆ ਮੈਂ ਦੌਲਤਾਂ ਨਾਲ ਤੇ ਨਹੀਂ ਖੜਨੀਆਂ ਭੈਣ ਨੂੰ ਪੂਰਾ ਹਿੱਸਾ ਦੇ ਕੇ ਭੇਜਾਂਗਾ ਫਿਰ ਉਹ ਬੰਦਾ ਕਵੇਗਾ ਲੱਭੈ 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 ਕਿ ਯਾ ਰਸੂਲ ਅੱਲਾ ਲੱਭੈ ਕਿਬਲਾ ਤਵੱਜੋ ਕਰਨਾ ਮੇਰੀ ਤੇ ਜਿਸ ਤਰ੍ਹਾਂ ਕਿਸੇ ਬੰਦੇ ਨੇ ਇੱਕ ਮਹਿਲ ਬਣਾਇਆ ਸਾਰਾ ਮਹਿਲ ਖੂਬਸੂਰਤ ਬਣਾਇਆ ਫਰਸ਼ ਬਿਹਤਰੀਨ ਲਗਾਏ ਇੱਟਾਂ ਬਿਹਤਰੀਨ ਲਗਾਈਆਂ ਦੀਵਾਰਾਂ ਬਿਹਤਰੀਨ ਚੁੱਕੀਆਂ ਛੱਤਾਂ ਬਿਹਤਰੀਨ ਪਰਦੇ ਬਿਹਤਰੀਨ ਖਿੜਕੀਆਂ ਬਿਹਤਰੀਨ ਦਰਵਾਜ਼ੇ ਬਿਹਤਰੀਨ ਵਿੱਚ ਸੋਹਣੇ ਫਵਾਰੇ ਲਾਏ ਸੋਹਣੇ ਬਿਸਤਰ ਵਿਛਾਏ ਸੋਹਣੀ ਗਰਾਸੀ ਪਲਾਟਸ ਬਣਾਏ ਲੇਕਿਨ ਇੱਕ ਨੁੱਕੜ ਵਿੱਚ ਇੱਕ ਇੱਟ ਦੀ ਜਗ੍ਹਾ ਖਾਲੀ ਛੱਡ ਦਿੱਤੀ ਦਾ ਪਲੇਸ ਆਫ
मकान अधूरा है अगर इस जगह से लगी होंगी तो तेरा मकान पूरा होगा। हुजूर मतलब की है फरमाया इन्हें ही समझ लो आखिरी एक मैं मुहम्मद हां ਮਾਣ ਨਹੀਂ ਕਰੇਗਾ।
ਮਾਰੇਗਾ ਜਿਹਨੂੰ ਇਹ ਹਦੀਸ ਸਮਝ ਵਿੱਚ ਆ ਗਈ। ਹਜ਼ੂਰ ਫਰਮਾਉਂਦੇ ਨੇ ਅੱਲਾ ਨਾਲ ਪਿਆਰ ਕਰੋ ਕਿਉਂਕਿ ਅੱਲਾ ਤੁਹਾਡਾ ਸਾਡਾ ਮਹਬੂਬ ਹੈ। ਹਜ਼ੂਰ ਅੱਲਾ ਨਾਲ ਪਿਆਰ ਕਰਾਂਗੇ ਤੇ ਦੀਨ ਮੁਕੰਮਲ ਹੋ ਜਾਏਗਾ। ਫਰਮਾਇਆ ਨਾ ਬਾਹਿਬੂਨੀ ਲਿਹੁਬਿਲਾਹੀ, ਅੱਲਾ ਦੇ ਪਿਆਰ ਦੀ ਵਜ੍ਹਾ ਤੋਂ ਮੈਂ ਮੁਸਤਫਾ ਨਾਲ ਪਿਆਰ ਕਰਾਂ ਕਿਉਂਕਿ ਅੱਲਾ ਤੁਹਾਡਾ ਮਹਬੂਬ ਹੈ। ਮੈਂ ਮੁਹੰਮਦ ਅੱਲਾ ਦਾ ਮਹਬੂਬ ਹਾਂ। ਆਕਾ ਜੀ ਅੱਲਾ ਨਾਲ ਪਿਆਰ ਕਰਾਂਗੇ, ਅੱਲਾ ਦੇ ਪਿਆਰੇ ਹਬੀਬ ਨਾਲ ਜਿਹੜੀ ਤੁਹਾਡੇ ਨਾਲ ਪਿਆਰ ਕਰਾਂਗੇ। ਇਹ ਜਿਹੜਾ ਮੇਰਾ ਭਰਾ ਵਿੱਚ ਸਿਰ ਮਾਰ ਰਿਹਾ ਹੈ, ਹੱਸ ਹੱਸ ਕੇ ਸੋਹਣਾ ਸੋਹਣੇ ਤਰੀਕੇ ਨਾਲ ਤਕਰੀਰ ਸੁਣ ਰਿਹਾ, ਨਾਤ ਪੜ੍ਹ ਰਿਹਾ ਸੀ, ਤੁਸੀਂ ਨਾਰਾ ਲਾਇਆ ਸੀ। ਮੈਂ ਇੱਕ ਵਾਰੀ ਆਪਣੀ ਤਕਰੀਰ ਨੂੰ ਵੀ ਸਜਾਉਣਾ ਚਾਹੁੰਦਾ ਤੁਹਾਡਾ ਨਾਰਾ ਸੁਣ ਕੇ, ਲੇਕਿਨ ਨਾਰਾ ਲਾਣਾ ਜੇ ਖਲੋ ਕੇ ਜੇ ਮੇਰੀ ਗੱਲ ਪਾਵਰਫੁਲ ਲੱਗੇ ਤੇ ਫਿਰ ਨਾ ਲੱਗੇ ਤੇ ਮੇਰੀ ਤਕਰੀਰ ਮੈਨੂੰ ਵਾਪਸ ਕਰ ਦਿਓ। ਮੈਂ ਜਾਣਾ ਤੇ ਮੇਰੀ ਤਕਰੀਰ ਜਾਣੀ। ਅਕੀਦਾ ਦੇ ਰਿਹਾ ਹਦੀਸ ਪਾਕ ਵਿੱਚ ਲੱਜ ਪਾ ਲਾਮੇ ਨਾ ਦੇ ਲਾਲ ਫਰਮਾਉਂਦੇ ਨੇ ਅੱਲਾਹ ਦੇ ਹਬੀਬ ਨਾਲ ਪਿਆਰ ਕਰਨਾ ਪਏਗਾ। ਅੱਲਾਹ ਦੇ ਪਿਆਰ ਦੀ ਵਜ੍ਹਾ ਤੋਂ ਸੋਹਣਿਆ ਤੁਹਾਡੇ ਨਾਲ ਪਿਆਰ ਕੀਤਾ, ਤੁਹਾਡੇ ਅੱਲਾਹ ਨਾਲ ਪਿਆਰ ਕੀਤਾ, ਦੀਨ ਮੁਕੰਮਲ ਹੋ ਗਿਆ। ਫਰਮਾਇਆ ਨਾ ਬਾਹਿਬੂ ਅਹਲਾ ਬੈਤੀ ਲਿਹੁਬਿ, ਮੇਰੇ ਨਾਲ ਪਿਆਰ ਕਰਨ ਦੀ ਵਜ੍ਹਾ ਤੋਂ ਮੇਰੇ ਅਹਲੇ ਬੈਤ ਨਾਲ ਵੀ ਪਿਆਰ ਕਰਨਾ ਜੇ ਆਕਾ ਵਜ੍ਹਾ। ਫਰਮਾਇਆ ਅੱਲਾਹ ਤੁਹਾਡਾ ਮਹਬੂਬ ਹੈ, ਮੈਂ ਅੱਲਾਹ ਦਾ ਮਹਬੂਬ ਹਾਂ, ਉਹ ਮੇਰੇ ਘਰ ਵਾਲੇ ਮੈਂ ਮੁਸਤਫਾ ਦੇ ਮਹਬੂਬ ਨੇ। ਆਬਾਦ ਰਹੀਏ, ਹੁਕਮ ਹੋਵੇ ਤੇ ਕਿਬਲਾ ਤਰਜਮਾ ਕਰ ਦਈਏ ਪੰਜਾਬੀ ਜ਼ੁਬਾਨ ਚ ਇਸੇ ਹਦੀਸ ਪਾਕ ਦਾ। ਮੈਂ ਲਿਖਿਆ ਮਨਜ਼ੂਰ ਖਾਸ ਜਗਵੇ ਮਕਬੂਲ ਆਮ ਲਵੇ ਆਲੇ ਨਬੀ ਦਾ ਜਿਹੜਾ ਬਣ ਕੇ ਗੁਲਾਮ ਲਵੇ ਤੇ ਮਨਜ਼ੂਰ ਖਾਸ ਜਗਵੇ ਮਕਬੂਲ ਆਮ ਲਵੇ ਜਿਹੜਾ ਬਣ ਕੇ ਗੁਲਾਮ ਰਵੇ ਕਦੀਨਾ ਸਾਲਾ ਆਲੀ ਮਕਾਮ ਰਵੇ ਆਲੇ ਨਬੀ ਦਾ ਜਿਹੜਾ ਬਣ ਕੇ ਗੁਲਾਮ ਰਵੇ ਖੁਸ਼ੀਆਂ ਵੀ ਆਣਗੀਆਂ ਨਾਲੇ ਸੁਰੂ ਸ਼ਾਮ ਲਵੇ ਬੇੜੇ ਚੋ ਦੇਖੋ ਦੁੱਖਾਂ ਦੀ ਸ਼ਾਮ ਲਵੇ ਆਲੇ ਨਬੀ ਦਾ ਜਿਹੜਾ ਬਣ ਕੇ ਗੁਲਾਮ ਲਵੇ। ਕਿਬਲਾ ਤਵੱਜੋ ਕਰਨਾ, ਗੱਪ ਨਹੀਂ ਮਾਰ ਕੇ ਜਾਵਾਂਗਾ। ਅਹਲੀ ਹਦੀਸ ਹਜ਼ਰਾਤ ਦੇ ਬਹੁਤ ਬੜੇ ਆਲਮ ਅੱਲਾਮਾ ਅਬਦੁਲ ਮਜੀਦ ਸਿਹਦਰਵੀ ਦੀ ਉਰਦੂ ਜ਼ੁਬਾਨ ਦੀ ਕਿਤਾਬ ਰਹਿਬਰੇ ਕਾਮਿਲ ਮੁਸਲਿਮ ਪਬਲੀਕੇਸ਼ਨ ਉਰਦੂ ਬਾਜ਼ਾਰ ਲਾਹੌਰ ਤੋਂ ਛਪੀ ਹੋਈ, ਪੇਜ ਨੰਬਰ 92 ਉੱਤੇ। ਕਿਬਲਾ ਮੇਰੇ ਨਹੀਂ ਮਾਰਨ ਆਇਆ ਪੁੱਤਰ, ਮੇਰੀ ਕੋਈ ਤਕਰੀਰ ਸੁਣ ਲਿਓ, ਫਿਰ ਕਾਬਾਜੀ ਜੱਗਾ ਇੱਕ ਅਮੇਜ਼ ਸ਼ਰਾ ਸਾਰਾ ਵੀ ਮੇਰੀ ਤਕਰੀਰ 'ਚ ਸ਼ਾਮਿਲ ਨਹੀਂ ਹੁੰਦਾ। ਉਹ ਹਕਮਤ ਵਾਲਾ ਪੈਗਾਮ ਸੁਣੋ। ਅਹਲੇ ਹਦੀਸਾਂ ਦਾ ਆਲਮ ਪਿਆ ਲਿਖਦਾ ਹੈ, ਇੱਕ ਦਿਹਾੜੇ ਆਮਿਨਾ ਦੇ ਲਾਲ ਮਦੀਨੇ ਦੀ ਗਲੀ ਵਿੱਚ ਨਿਕਲੇ, ਬੱਚੇ ਤੇ ਖੇਡਦੇ ਨੇ ਸਰਕਾਰ ਬੱਚਿਆਂ ਦੇ ਕੋਲ ਰੁੱਕ ਗਏ। ਬੱਚਿਆਂ ਵਿੱਚੋਂ ਇੱਕ ਬੱਚੇ ਨੂੰ ਤਲਾਸ਼ ਕੀਤਾ, ਬਾਵਜੂਦ ਦੇ ਕਿ ਬੱਚੇ ਦੇ ਕੱਪੜਿਆਂ ਨੂੰ ਮਿੱਟੀ ਲੱਗੀ ਹੋਈ ਹੈ, ਬੱਚੇ ਦੇ ਵਾਲਾਂ ਵਿੱਚ ਖਾ ਕੇ ਮੇਰੇ ਨਬੀ ਨੇ ਪਰਵਾਹ ਕੀਤੇ ਬਗੈਰ ਬੱਚੇ ਨੂੰ ਸੀਨੇ ਦੇ ਨਾਲ ਲਾਇਆ, ਮੱਥੇ ਤੇ ਹੋਂਦ ਰੱਖੇ, ਮੇਰੇ ਨਬੀ ਨੇ ਬੋਸੇ ਲਏ। ਸਹਾਬੀ ਨੇ ਪੁੱਛਿਆ, ਛੜਕ ਕੇ ਆਕਾ ਤੁਸੀਂ ਸਾਰੇ ਬੱਚਿਆਂ ਨਾਲ ਬਰਾਬਰੀ ਦੇ ਬੁਨਿਆਦ ਤੇ ਪਿਆਰ ਕਰਦੇ ਹੋ, ਇਸ ਬੱਚੇ ਨੂੰ ਬੱਚਿਆਂ ਚੋਂ ਲੱਭ ਕੇ ਤਲਾਸ਼ ਕਰਕੇ ਸੀਨੇ ਦੇ ਨਾਲ ਲਾ ਕੇ ਪਿਆਰ ਕੀਤਾ, ਜੇ ਵਜ੍ਹਾ ਕੀ ਹੈ? ਭਾਬੀਆਂ ਦਾ ਆਲਮ ਪਿਆ ਲਿਖਣਾ, ਕਿਬਲਾ ਕਿਤਾਬ ਨਾ ਦਿਖਾ ਸਕਾਂ, ਇਹ ਚੁਗਲੇ ਨਾ ਬਿਠਾ ਸਕਾਂ, ਜੋ ਚੋਰ ਦੀ ਸਜ਼ਾ ਅਲੀ ਦੇ ਪੋਤਰੇ ਦੀ ਸਜ਼ਾ ਸਕਾਂ, ਜੇ ਚੁਗਲੇ ਮੌਜੂਦ ਹੋਣ ਫਿਰ ਮੰਨ ਲੈ, ਓਏ ਤੇਰੇ ਨਮਾਜ਼ਾਂ ਨੇ ਪਾਰ ਨਹੀਂ ਉਹ ਕਰਨੇ, ਨਬੀ ਦੀ ਆਲ ਦੀ ਮੁਹੱਬਤ ਨੇ ਪਾਰ ਕਰਨੇ ਨੇ। ਸਰਕਾਰੇ ਕਾਇਨਾਤ ਨੇ ਫਰਮਾਇਆ, ਇਸ ਬੱਚੇ ਨਾਲ ਪਿਆਰ ਕਰਨ ਦਾ ਸਦਾ ਦੇ ਦੇ। ਇੱਕ ਦਿਹਾੜੇ ਮੈਂ ਗੁਜ਼ਰ ਰਿਹਾ ਸਾਂ, ਇਹ ਬੱਚਾ ਮੇਰੇ ਨਵਾਸੇ ਹੁਸੈਨ ਨਾਲ ਪਿਆਰ ਖੇਡਦਾ ਸੀ, ਇਸ ਬੱਚੇ ਨੇ ਹੁਸੈਨ ਦੇ ਪੈਰਾਂ ਥੱਲੇ ਆਉਣ ਵਾਲੇ ਮਿੱਟੀ ਨੂੰ ਚੁੰਮਿਆ, ਚੁੱਕ ਕੇ ਚੁੰਮਿਆ, ਇਹ ਹੁਸੈਨ ਨਾਲ ਪਿਆਰ ਕਰਦਾ, ਮੈਂ ਇਸ ਬੱਚੇ ਨਾਲ ਪਿਆਰ ਕਰਨਾ ਵਾ।
ہم ہاتھ منافق سے ملایا نہیں کرتے، بے فیض کے درتے ہم جایا نہیں کرتے، ہم ہاتھ منافق سے ملایا نہیں کرتے، بے فیض کے درتے ہم جایا نہیں کرتے۔ عقیدہ ہے میرا کہتا ہے خدا، لیتے ہیں اولاد علی سے بے پیر کری سے ہم جایا نہیں کرتے۔ ہاں بیڑے چکو دیکھو آباد رہیے، دکھان کی شام لبے آل نبی دا جیڑا بن کے غلام لبے۔ اور جڑے ساڈے مرید نے ساڈے ڈیرے تے آؤ، میرے ابا جی دے مزار شریف تے کوئی چرس نہیں ملے گی، کوئی بھنگ نہیں ملے گی، کوئی قبلہ اوتھے سگریٹ نوشی دی اجازت نہیں۔ یا اللہ دا قرآن پڑھدیا دلیا نوں ویکھو گے، یا مصطفیٰ دی حدیث سندیا سنادیا ساڈے عالم کراواں نوں ویکھو گے۔ تے میں لکھیا اے بھنگا نہ پیوے کدی، بھنگا نہ پاوے بیچ نشیاں پہ کے سوتے نہ لاوے کدی، ہاتھ بیچ او دے صدا تقوی دا جام لوے، آل نبی دا جیڑا بن کے غلام لوے۔ آل دے متعلق عقیدہ مسند ابی یالا وچ لکھیا ہویا ہے، حضور نے فرمایا خیرکم خیرکم لی اہلی من بعدی، تواڈے وچوں بہتر ہو نہیں جنے کوٹھیاں بنا لینا آباد رہو پتر، تواڈے وچوں بہتر ہو نہیں جنے بنگلے بنا لے، جنے گھوڑے خرید لے، جوڑے خرید لے، حویلیاں بنا لینا۔ حضور ساڈے چ بہتر کون ہے؟ فرمایا جڑا میرے تو بعد میرے اہل بیت نوں چنگا سلوک کرے گا۔ اور ساڈا عقیدہ قبلہ کسے دا پتہ نہیں، ساڈا عقیدہ کتنے میرے مرید بیٹھے نے تے قبلہ ساڈا، انہاں ساڈے مریداں دا عقیدہ، اہل سنت و جماعت حنفیاں بریلویاں دا عقیدہ، اسیں نبی پاک دی آل نال وی پیار کرنے آ، نبی پاک دے صحابہ نال وی پیار کرنے آ۔ امام حاکم علیہ الرحمہ دی المستدرک الصحیحین بیت آباد رحمہ جناب عبدالرزاق صاحب، مصطفی کریم علیہ السلام دی حدیث امام حاکم نقل کر دے رہے، حضور نے فرمایا ان اللہ اختارنی بختار بی اصحابا، اللہ پاک نے منو چنیا پھر میرے واسطے میرے صحابہ نو چنیا۔ فرمایا فجا علی من ہم فزرا، انہاں وچوں چن کے چنیا ہویا وچوں چن کے اللہ نے میرے وزیر بنائے۔ اس سرکار دے صحابہ حضور دے وزیر نے، جڑا عثمان بزدار نو گال کڈے عمران خان دا کچھ نہیں لگدا، جڑا نبی دے وزیراں نو گال کڈے نبی پاک نبیاں دے سلطان دا کی لگدا ہے؟ سچے جاواں میرے آقا نے گل ہی مکا دیتی، فرمایا انہاں چ چنیا ہویا جو میرے انصار بنائے، انہاں چنیا ہویا جو اللہ پاک نے میرے سسرال بنائے۔ تو میں لکھے مصطفیٰ دے پیارے پیارے سارے یاران سلام، رشد دے روشن ستارے سارے یاران کلام پاک دے کہنے دی ستارے سارے یاران سلام۔ میں باپ کی گل کر کے تقریر ختم کرنے لگا ہوں، اے جڑے بابا جی فوت ہوئے نا بیٹے کا کی نام ہے؟ سب زیادہ آتا ہے عمر خیام، کتنے بیٹے نے؟ چار بیٹے نے عمر خیام و دیگر برادران، اللہ سب نو صبر جمیل عطا فرمائے۔ رشتے قبلہ دنیا چ بڑے بڑے، کچھ وہ جڑے اللہ نے بنائے، کچھ وہ جڑے شادی کر کے، ایک لفظ بولا جاتا ہے عربی چ سحر، سواد گول اکھاں والی ہے اور را سواد ہارا سحر، یہ مطلب ہوتا ہے شادی کر کے رشتے داری بنا لینا۔ کئی بندے اگر کوئی بندہ اپنے بردر ان لا نال پیار کرے، سسٹر ان لا نال محبت دا شفقت دا اظہار کرے، تو کئی بندے کہنے رن مرید
ਕਿਬਲਾ ਮੇਰੀ ਗੱਲ ਸੁਣੋ, ਮੇਰੀਆਂ ਧੀਆਂ ਮਾਵਾਂ ਬੇਟੀਆਂ ਬਹੂਆਂ ਵੀ ਇਹ ਗੱਲ ਸੁਣ ਰਹੀਆਂ ਨੇ। ਯਾਦ ਰੱਖੋ ਰਣ ਮੁਰੀਦੀ ਪਹਿਲਾਂ ਕਿਹਨੂੰ ਕਹਿੰਦੇ ਨੇ, ਬੀਵੀ ਪਿੱਛੇ ਲੱਗ ਕੇ ਆਪਣੀ ਮਾਂ ਨੂੰ ਛੱਡ ਦੇਣਾ ਰਣ ਮੁਰੀਦੀ ਹੁੰਦਾ ਜੀ। ਬੀਵੀ ਪਿੱਛੇ ਲੱਗ ਕੇ ਆਪਣੇ ਬੁੱਢੇ ਬਾਪ ਨੂੰ ਧੱਕਾ ਦੇ ਦੇਣਾ ਰਣ ਮੁਰੀਦੀ ਹੁੰਦਾ ਜੀ। ਆਪਣੇ ਬ੍ਰਦਰ ਇਨ ਲਾ ਦੇ ਕੰਮ ਆ ਜਾਣਾ ਰਣ ਮੁਰੀਦੀ ਨਹੀਂ, ਔਰ ਆਪਣੀ ਬੀਵੀ ਨਾਲ ਘਰ ਦਾ ਕੰਮ ਕਰਾ ਦੇਣਾ ਰਣ ਮੁਰੀਦੀ ਨਹੀਂ। ਇਹ ਮੇਰੇ ਆਕਾ ਦੀ ਸੁਣਨਾ ਚਾਹੀਦਾ। ਆਪਣੀਆਂ ਬੀਵੀਆਂ ਨਾਲ ਮੁਹੱਬਤ ਦਾ ਇਜ਼ਹਾਰ ਕਰਿਆ ਕਰੋ। ਮੈਂ ਦੇਖੋ ਮੇਰੇ ਮੁਰੀਦ ਬੈਠੇ ਨੇ, ਮੈਂ ਮੇਰੇ ਕੋਲ ਕੁਰਾਨ ਲਿਆਓ, ਮੈਂ ਖਾਤਰ ਕੇ ਕਸਮ ਖਾ ਦੇਣਾ ਮੈਂ ਆਪਣੀ ਬੀਵੀ ਨਾਲ ਇਸ਼ਕ ਕਰਨਾ। ਮੁਹੱਬਤ ਦਾ ਸਭ ਤੋਂ ਵੱਡਾ ਇਸਤਿਹਕਾਰ ਤੁਹਾਡੀ ਬੀਵੀ ਦਾ। ਐਵੇਂ ਲੋਕਾਂ ਦੇ ਪਿੱਛੇ ਲੱਗੇ ਫਿਰਦੇ ਹੋ, ਲੇਕਿਨ ਕਿਬਲਾ ਆਪਣੀ ਬੀਵੀ ਨੂੰ ਸਮਝਾਉਣਾ ਬੁਝਾਉਣਾ ਵੀ ਤੁਹਾਡੀ ਸਾਡੀ ਰਿਸਪੋਨਸੀਬਿਲਿਟੀ ਹੈ। ਅਗਰ ਉਹ ਕਵੇ ਬਈ ਆਪਣੇ ਭਰਾ ਨੂੰ ਗਾਲ ਕੱਢ, ਪਿਆਰ ਨਾਲ ਸਮਝਾਓ ਬਈ ਮੇਰੀ ਮੇਰੇ ਬਾਪ ਦੀ ਜਗ੍ਹਾ ਤੇ ਮੇਰਾ ਵੱਡਾ ਭਰਾ ਮੇਰਾ ਛੋਟਾ ਭਰਾ, ਮੈਂ ਇਹਨੂੰ ਗਾਲ ਨਹੀਂ ਕੱਢਣੀ। ਜਿਵੇਂ ਤੈਨੂੰ ਤੇਰੇ ਚੰਗੇ ਲੱਗਦੇ ਨੇ, ਮੈਨੂੰ ਮੇਰੇ ਚੰਗੇ ਲੱਗਦੇ। ਸਮਝਾ ਬੁਝਾ ਕੇ ਜ਼ਿੰਦਗੀ ਗੁਜ਼ਾਰੋ। ਹਜ਼ੂਰ ਨੇ ਇਰਸ਼ਾਦ ਫਰਮਾਇਆ, ਔਰਤ ਜ਼ਿੰਦਗੀ ਦੀ ਮਸਲੀ ਦੀ ਮਾਨੇ ਇਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰੋਗੇ ਤੋੜ ਬੈਠੋ, ਯਾਨੀ ਇਹਦੇ ਨਾਲ ਇੰਜ ਗੁਜ਼ਾਰਾ ਕਰਨਾ। ਜਦੋਂ ਕਿਧਰੇ ਘਰ 'ਚ ਲੜਾਈ ਲੱਗ ਜਾਵੇ ਨਾ, ਫਿਰ ਲੜਾਈ ਨੂੰ ਹਵਾ ਨਾ ਦਿਆ ਕਰੋ। ਤਸਬੀਹ ਲੈ ਕੇ ਅੱਲਾਹ ਅੱਲਾਹ ਗੌਸ ਪਾਕ ਨੂੰ ਯਾਦ ਕਰਦੇ ਹਾਂ। ਉਧਰ ਨੂੰ ਮਸਜਿਦ ਦਾ ਰੁਖ ਕਰਿਆ ਕਰੋ, ਮਸਜਿਦ ਦੇ ਇਮਾਮ ਸਾਹਿਬ ਕੋਲ ਜਾ ਕੇ ਕੋਈ ਮਸਾਇਲ ਪੁੱਛਿਆ ਕਰੋ। ਲੜਾਈਆਂ ਨੂੰ ਹਵਾ ਨਹੀਂ ਦੇਈ, ਲੜਾਈਆਂ ਜਿੰਨੀਆਂ ਕਦੀ ਫਾਇਦੇ ਨਹੀਂ ਹੁੰਦੇ। ਔਰ ਇਹ ਸੋਚਿਆ ਕਰੋ ਕਿ ਬਈ ਕਰਮਾ ਵਾਲੀ ਅਗਰ ਸਾਡੇ ਨਾਲ ਔਖਾ ਬੋਲ ਰਹੀ ਹੈ, ਤੇ ਸਾਡੀਆਂ ਜੁੱਤੀਆਂ ਵੀ ਤਾਂ ਵਿਚਾਰੀ ਪਾਲਿਸ਼ ਕਰਕੇ ਦਿੰਦੀ, ਸਾਡੇ ਕੱਪੜੇ ਵੀ ਤੇ ਧੋ ਕੇ ਦਿੰਦੀ ਹੈ। ਲਿਹਾਜ਼ਾ ਘਰ 'ਚ ਮਾਹੌਲ ਬਣਾਓ ਮੁਹੱਬਤ ਵਾਲਾ। ਗੱਲ ਕਰ ਰਹੇ ਅਸਾਂ ਰਿਸ਼ਤੇ ਸਾਰੇ ਹੀ, ਪਰ ਬਾਪ ਵਾਲੇ ਰਿਸ਼ਤੇ ਦੀ ਰੀਸ ਵੀ ਨਹੀਂ ਤੇ ਜੋੜ ਜੋੜ ਬਾਪ ਦੇ ਰਿਸ਼ਤੇ ਦੀ ਕਿਆ ਬਾਤ। ਮੈਂ ਆਪਣੇ ਅੱਬਾ ਜੀ ਸਰਕਾਰ ਰਹਿਮਤੁਲਲਾਹ ਤਾਲਾ ਲੈ, ਮੇਰੇ ਅੱਬਾ ਜੀ ਜ਼ੈਫੁਲ ਉਮਰ ਹੋ ਕੇ ਦੁਨੀਆ ਤੋਂ ਗਏ ਨੇ, 80-85 ਤੋਂ ਅਬਵ ਹੋ ਗਏ। ਮੇਰੇ ਅੱਬਾ ਜੀ CO5 ਘੜੀ ਬੰਦੇ ਸਨ। ਇਸ਼ਫਾਕ ਕਾਦਰੀ ਸਾਹਿਬ, ਮੈਂ ਜਿਤਨੀ ਮਰਤਬਾ ਆਪਣੇ ਅੱਬਾ ਜੀ ਦੇ ਹੱਥ ਤੇ ਬੱਜੀ ਘੜੀ ਦੀ ਤਾਰੀਫ ਕੀਤੀ ਨਾ, ਅੱਬੂ ਜੀ ਘੜੀ ਬੜੀ ਸੋਹਣੀ ਲੱਗ ਰਹੀ, ਉਹਨਾਂ ਨੇ ਇੱਥੋਂ ਖੋਲ੍ਹ ਕੇ ਇੰਝ ਕਰਕੇ ਰੱਖ ਦਿੱਤੀ, ਆਲਾ ਪੁੱਤਰ ਤੂੰ ਬੰਨ ਲੈ। ਉਹ ਮੈਂ ਪੈਰ ਚੁੰਮਣੇ, ਮੈਂ ਕਹਿਣਾ ਅੱਬਾ ਜੀ ਸੋਹਣੇ ਹੋ, ਮੈਂ ਤੁਹਾਨੂੰ ਇਸ ਤੋਂ ਤਾਂ ਨਹੀਂ ਕਿਹਾ ਕਿ ਮੈਨੂੰ ਚੰਗੀ ਲੱਗਦੀ ਹੈ ਤੇ ਮੈਂ ਆਪਣੇ ਗੁੱਟ ਤੇ ਬੰਨੀ, ਮੈਂ ਇਸ ਤੋਂ ਕਿਹਾ ਕਿ ਮੇਰੇ ਬਾਬਾ ਦੀ ਗੁੱਟ ਤੇ ਸੋਹਣੀ ਲੱਗ ਰਹੀ ਹੈ। ਇਹ ਹੁੰਦਾ ਜੀ ਬਾਪ। ਦੁਨੀਆ ਦਾ ਹਰ ਬੰਦਾ ਤੁਹਾਡੇ ਨਾਲ ਸਾਫ਼ ਕਰ ਸਕਦਾ, ਅੱਬਾ ਜੀ ਤੁਹਾਡੇ ਨਾਲ ਸਾਫ਼ ਨਹੀਂ ਕਰ ਸਕਦੇ। ਬਾਪ ਦੇ ਫੈਸਲਿਆਂ ਨੂੰ ਖੁਸ਼ ਦਿਲੀ ਨਾਲ ਕਬੂਲ ਕਰਿਆ ਕਰੇ। ਉਹਨਾਂ ਫੈਸਲਿਆਂ 'ਚ ਹਿਕਮਤਾਂ ਹੁੰਦੀਆਂ ਨੇ, ਡਿਪਲੋਮੇਸੀਆਂ ਹੁੰਦੀਆਂ ਨੇ, ਜਿਹੜੀਆਂ ਵਕਤ ਗੁਜ਼ਰਨ ਤੋਂ ਬਾਅਦ ਸਾਨੂੰ ਯਾਦ ਆਉਂਦੀਆਂ ਨੇ। ਦੋ ਲਫ਼ਜ਼ਾਂ 'ਚ ਦੱਸਾਂ ਮਾਂ ਕੌਣ ਹੁੰਦੀ ਹੈ ਤੇ ਬਾਪ ਕੌਣ ਹੁੰਦਾ ਹੈ। ਇਸ ਸੀਨੇ ਵਿੱਚ ਹਜ਼ਾਰਾਂ ਦਲਾਇਲ ਮੌਜੂਦ ਨੇ ਕੁਰਾਨ ਤੇ ਹਦੀਸ ਦੇ। ਮੈਂ ਦੱਸ ਸਕਣਾ, ਮੇਰਾ ਰੋਜ਼ ਦਾ ਕੰਮ ਹੈ ਪੂਰੇ ਪਾਕਿਸਤਾਨ 'ਚ ਬੁਲਾਇਆ ਜਾਂਦਾ ਭਈਆ, ਮੈਂ ਰੋਜ਼ ਪੜ੍ਹਨਾ ਤੇ ਮੈਂ ਦੱਸ ਸਕਣਾ ਮਾਂ ਕੌਣ ਹੁੰਦੀ ਹੈ ਬਾਪ ਕੌਣ ਹੁੰਦਾ ਹੈ। ਲੇਕਿਨ ਪੰਜਾਬੀ 'ਚ ਦੇਸੀ ਜ਼ੁਬਾਨ 'ਚ ਦੱਸਾਂ, ਜਿਹੜੀ ਚਰਖੇ ਚਲਾ ਚਲਾ ਕੇ ਬੇਬੀ ਦੇ ਆਲਮ ਵਿੱਚ ਯਤੀਮੀ ਦੀ ਹਾਲਤ 'ਚ ਬੱਚਿਆਂ ਨੂੰ ਡਾਕਟਰ ਤੇ ਇੰਜੀਨੀਅਰ ਬਣਾ ਦੇਵੇ, ਉਹ ਮਾਂ ਹੁੰਦੀ ਹੈ। ਤੇ ਜਿਹੜਾ ਆਪਣੀ ਟੀਬੀ ਦੀ ਦਵਾਈ ਨਾ ਲਵੇ ਪਰ ਬੱਚੇ ਦੀ ਯੂਨੀਵਰਸਿਟੀ ਦੀ ਫੀਸ ਖੁਸ਼ਕੀ ਨਾਲ ਪੇ ਕਰੇ, ਉਹਨੂੰ ਅੱਬਾ ਜੀ ਕਿਹਾ ਜਾਂਦਾ ਹੈ। ਔਰ ਪਿਛਲੇ ਬੰਦਿਆਂ ਤੱਕ ਸਭ ਨੇ ਕਹਿਣਾ ਸੁਭਾਨ ਅੱਲਾਹ। ਔਰ ਜਿਹੜੀਆਂ ਮੇਰੀਆਂ ਧੀਆਂ ਰਾਣੀਆਂ ਸੁਣ ਰਹੀਆਂ ਨੇ, ਇਸ ਖਾਨਦਾਨ ਦਾ ਮੈਂ ਪੀਰ ਲੱਗਣਾ, ਮੈਂ ਬਤੌਰੇ ਪੀਰ ਇੱਕ ਨਸੀਹਤ ਕਰ ਰਿਹਾ, ਜਦੋਂ ਆਪਣੇ ਬੱਚਿਆਂ ਨੂੰ ਲੋਰੀ ਦਿਓ ਤੇ ਸਿਰਫ ਚੰਗਾ ਮਾਮੂ ਦੂਰ ਕੇ ਨਾ ਸੁਣਾਇਆ ਕਰੋ, ਆਪਣੇ ਬੱਚਿਆਂ ਨੂੰ ਦਾਦੇ ਦੀ ਇੱਜ਼ਤ ਨਹੀਂ ਸੁਣਾਇਆ ਕਰੋ, ਸਿਰਫ ਨਾਨੇ ਦਾ ਪਿਆਰ ਆਪਣੇ ਬੱਚਿਆਂ ਨੂੰ ਨਾ ਸਿਖਾਓ। ਜਿਹਦੇ ਡਾਕੂਮੈਂਟਸ ਵਿੱਚ ਨਾਮ ਚੱਲਣੇ ਨੇ ਨਾ, ਉਸ ਦਾਦੇ ਦਾ ਪਿਆਰ ਦੱਸਿਆ ਕਰੋ। ਪੁੱਤਰਾ ਅਸੀਂ ਤੇਰੇ ਨਾਲ ਇੰਨਾ ਪਿਆਰ ਕਰਨੇ ਆ, ਆਪੇ ਸੋਚ ਲੈ ਤੇਰੇ ਦਾਦੇ ਨੇ ਤੇਰੇ ਅੱਪੇ ਨਾਲ ਕਿੰਨਾ ਪਿਆਰ ਕੀਤਾ ਹੋਵੇਗਾ। ਜੇ ਪੁੱਤਰਾ ਮੈਂ ਤੇਰੇ ਨਾਲ ਇੰਨਾ ਪਿਆਰ ਕਰਨੀ ਆ, ਤੇਰੀ ਦਾਦੀ ਮਾਂ ਨੇ ਤੇਰੇ ਅੱਪੇ ਨਾਲ ਕਿੰਨਾ ਪਿਆਰ ਕੀਤਾ ਹੋਵੇਗਾ। ਅੱਜ ਵੇਲਾ ਹੀ ਆਪਣੇ ਬਾਪ ਨਾਲ ਪਿਆਰ ਕਰ ਲਿਆ, ਜਦੋਂ ਅੱਬਾ ਜੀ ਉੱਥੇ ਜੇਬਾਂ ਮੋੜ ਕੇ ਕਬਰਸਤਾਨ ਵਿੱਚ ਚਲੇ ਗਏ, ਫਿਰ ਟੱਕਰਾਂ ਮਾਰਦਾ ਫਿਰਿਆ ਕਰੇਗਾ, ਇੰਨਾ ਸ਼ਬਰਾਤਾਂ ਤੇ ਰੋਇਆ ਕਰੇਗਾ, ਗੰਜਿਆ ਕਰੇਗਾ। ਬਾਬਲਾ ਤੇਰੀਆਂ ਜੁਦਾਈਆਂ ਮੈਨੂੰ ਮਾਰਿਆ ਵੇ, ਬਾਬਲਾ ਤੇਰੀਆਂ ਜੁਦਾਈਆਂ ਮੈਨੂੰ ਮਾਰਿਆ, ਆਪੇ ਮੈਂ ਜਿੱਤਣਾ ਆਪੇ ਸੰਭਲਣਾ ਆਪੇ ਮੈਂ ਜਿੱਤਣਾ
رحمت فرمائے اور پسماندگان کو صبر جمیل عطا فرمائے. دوران تقریر اگر میں کچھ غلط کہہ گیا ہوں کہ اللہ پاک معافی عطا فرمائے. آخر دعوانا ان الحمدللہ رب العالمین. أعوذ بالله من الشيطان الرجيم. بسم الله الرحمن الرحيم. قل يا أيها الكافرون لا أعبد ما تعبدون ولا أنتم عابدون ما أعبد ولا أنا عابد ما عبدتم ولا أنتم عابدون ما أعبد لكم دينكم ولي دين. بسم الله الرحمن الرحيم. قل هو الله أحد الله الصمد لم يلد ولم يولد ولم يكن له كفوا أحد. بسم الله الرحمن الرحيم. قل هو الله أحد الله الصمد لم يلد ولم يولد ولم يكن له كفوا أحد. بسم الله الرحمن الرحيم. قل هو الله أحد الله الصمد لم يلد ولم يولد ولم يكن له كفوا أحد. بسم الله الرحمن الرحيم. قل أعوذ برب الفلق من شر ما خلق ومن شر غاسق إذا وقب ومن شر النفاثات في العقد ومن شر حاسد إذا حسد. بسم الله الرحمن الرحيم. قل أعوذ برب الناس ملك الناس إله الناس من شر الوسواس الخناس الذي يوسوس في صدور الناس من الجنة والناس. بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين. بسم الله الرحمن الرحيم. ألف لام ميم ذلك الكتاب لا ريب فيه هدى للمتقين الذين يؤمنون بالغيب ويقيمون الصلاة ومما رزقناهم ينفقون والذين يؤمنون بما أنزل إليك وما أنزل من قبلك وبالآخرة هم يوقنون أولئك على هدى من ربهم وأولئك هم المفلحون. إن رحمة الله قريب من المحسنين وما أرسلناك إلا رحمة للعالمين. ما كان محمد أبا أحد من رجالكم ولكن رسول الله وخاتم النبيين وكان الله بكل شيء عليما. إن الله وملائكته يصلون على النبي يا أيها الذين آمنوا صلوا عليه وسلموا تسليما. اللهم صل على سيدنا ومولانا محمد وعلى آل سيدنا ومولانا محمد وبارك وسلم. سبحان ربك رب العزة عما يصفون وسلام على المرسلين والحمد لله رب العالمين. الله أكبر الله أكبر لا إله إلا الله والله أكبر الله أكبر ولله الحمد. اللهم صل وسلم وبارك على سيدنا ومولانا محمد النبي الأمي الهاشمي وعلى آله وأصحابه أجمعين.
اے خداوند بخشند و دستگیر، اے کریم خطا بخش و پوزش پذیر، حضور تاجدار ختم نبوت صلی اللہ علیہ وآلہ وآصحابہ وسلم کے وسیلہ جلیلہ سے اس وقت اس محفل سعید میں جتنے بھی اعمال صالحہ انجام دیے گئے، تلاوت قرآن حکیم ہوئی، حضور کی ثنا خوانی ہوئی، خطابات ہوئے، نقابت کے جوہر بکھیرے گئے اور ختم پاک پڑھا گیا، قرآنی سور و آیات کی تلاوت ہوئی، تبرک لنگر شریف کا اہتمام کیا گیا اور اہل خانہ نے 7 مرتبہ قرآن مجید مکمل ختم کر کے سورہ یاسین 319 مرتبہ دہرا کر، سورہ رحمان 35 مرتبہ پڑھ کر، سورہ ملک 15 مرتبہ، سورہ مزمل 20 مرتبہ، درود شریف 20 مرتبہ، سورہ یاسین بے شمار سپارے 70 مرتبہ، یا حی یا قیوم کی تسبیحات، پہلے کلمے کی تسبیحات اور پارے کچھ اور بھی پڑھ کر، یہ سارا ثواب میرے ملک کیا گیا، میں نے تیری جناب رحمت میں پیش کیا، قبول و منظور فرما۔ حضور تاجدار کائنات صلی اللہ علیہ وآلہ وسلم سید الاولین والآخرین کی بارگاہ میں پیش کیا، قبول و منظور فرما۔ میرے پیارے آقا کے طفیل 124,000 کم بیش انبیاء و مرسلین، حضور کی آل اہل بیت کرام، ازواج مطہرات، بیٹیاں بیٹے، نواسین نواسے، والدین مصطفیٰ اور پنجتن پاک خلفائے راشدین، پیارے صحابہ، سارے صحابہ کو یہ سارا ثواب پیش کیا، قبول و منظور فرما۔ تمام تابعین، تبع تابعین، تمام اولیاء کاملین، تمام سلاسل طریقت کے بزرگان ملت اسلامیہ، بالخصوص لجپال فاطمہ ولی کے لال، حضور مرشد کریم، حضور غوث پاک سرکار کار کو پیش کیا، قبول و منظور فرما۔ نبی پاک علیہ السلام کے وسیلہ جلیلہ سے حضور کی ساری امت مرحومہ کو یہ ثواب کا تحفہ پیش کرتے ہوئے، بالخصوص سلسلہ عالیہ چشتیہ نظامیہ کے تمام بزرگان کو پیش کیا، قبول و منظور فرما۔ اور محترم المقام عزت مآب جناب بابا جی صوفی عمر حیات صاحب چشتی نظامی علیہ الرحمہ کو پیش کیا، قبول و منظور فرما۔ ان کے درجات بلند فرما، ان کے مریدوں کو، ان کے چاہنے والوں کو، ان کے بیٹوں بیٹیوں کو، اولاد کو، اولاد کی اولاد کو، رشتہ داروں کو صبر جمیل عطا فرما۔ مولا نبی پاک علیہ السلام کے وسیلہ سے آج کی اس محفل پاک میں جتنے بھی احباب نے کسی بھی اعتبار سے کوئی حصہ لیا، سب کے رزق حلال میں نزول برکت فرما۔ میری بہو بیٹیوں نے، ماؤں بہنوں نے بھی اس محفل پاک میں باپردہ رہتے ہوئے شرکت کی ہے، مولا ان کا بھی شریک ہونا قبول و منظور فرما۔ جو کچھ کہا اور سنا گیا اس پر عمل کرنے کی، ایمان رکھنے کی توفیق عطا فرما۔ میرے مریدین سمیت مولا اس خاندان کے تمام افراد کی خیر فرما۔ ساہیوال سے جو ہمارے دوست ہیں، بیمار ہیں مولا، ان سمیت سب بیماروں کو شفا کامل عاجل عطا فرما۔ سب بھی اولادوں کو صاحب اولاد بنا مولا۔ نبی پاک علیہ السلام کے وسیلہ جلیلہ سے ہم سب کو نمازی بنا، کردار کا غازی بنا، جن پر زکات فرض ہے وقت پر ادا کرنے کی توفیق عطا فرما، جن پر حج فرض ہے جلدی جلدی کر لینے کی توفیق عطا فرما، دین متین، دین قیم، دین حنیف کے تمام سنہری اصولوں پر چلتے ہوئے زندگی کا سفر طے کرنے کی توفیق عطا فرما۔ صلی اللہ علیہ حبیبہ محمد و آلہ اجمعین۔